ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਠ ਜੀ ਦਾ ਦਰਜਨ ਦਰ ਫੁੱਲ ਜੀ ਵਾਹਿ ਪੰਜ ਪਿਆਰੇ ਚਾਰ ਸਰਦਾ ਦੇ ਚਲ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਲਾਂ ਨੇ ਨਾਮ ਜਪਿਆ ਰਣ ਕੇ ਚੱਕਿਆ ਦੇਖ ਚਲਾਈ ਦੇ ਗਵਾਹੀ ਦੇ ਗਿਆਨ ਕੀਤਾ ਦੇਣਾ ਪਿਆਰਿਆਂ ਚਿਆਰਿਆਂ ਦੀ ਕਮਾਈ ਦਾ ਦੇ ਅੰਦਰ ਬੋਲ ਜੀ ਵਾਹਿ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਅਕਸ਼ਿਤ ਦਿੱਤੇ ਬੰਦ ਬੰਦ ਕਟਵਾਏ ਗੋਬਰਿਆਂ ਰੁਹਾਈਆਂ ਚਰਪੜੀਆਂ ਤੇ ਚੜੇ ਅਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਜੈਸਾ ਸਵਾਸਾ ਨਾਲ ਨਿਭਾਈ ਤੇ ਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਦੇ ਅੰਦਰ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਦੇ ਅੰਦਰ ਬੋਲੋ ਜੀ ਵਾਹਿਗੁਰੂ ਬ੍ਰਿਤ ਮੈਂ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਾ ਵਾਹਿਗੁਰੂ 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 ਚਿਤਾਵੈ ਚੇਤਾਵਨ ਕਾ ਸਤਿਕਾਰ ਸਤਿ ਸੁਖ ਹੋਵੇ ਜਹਾਂ ਜਹਾਂ ਗੁਰੂ ਪਾਤਸ਼ਾਹ ਜੀ ਸਾਹਿਬ ਤਹਾਂ ਕਮਰ ਚੇ ਲਿਆਏ ਦੇਖ ਕੇ ਪਤੀ ਵੈਦ ਕੀ ਪੈਜ ਪੰਕੀ ਜੀ ਸ੍ਰੀ ਸਾਹਿਬ ਜੀ ਸਹਾਇ ਗੁਰੂ ਗ੍ਰੰਥ ਜੀ ਕੀ ਗੁਰਬਾਣੀ ਬੋਲੋ ਜੀ ਵਾਹੇ ਸਿੱਖਾਂ ਨੂੰ ਸਿੱਖੀ ਦਾਨ ਜੇਸਤਾਨ ਰਹਿਤਾਨ ਵਿਖਾਨ ਸਦਾਨ ਸਿੱਖਾਂ ਮਤ ਉੱਚੀ ਮਤ ਪਾਤ ਦੇ ਰੱਖਿਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰਨਾਂ ਗੁਰਦੁਆਰੇ ਪ੍ਰਧਾਨਾਂ ਦੇ ਜਿਹਨਾਂ ਕੋਲ ਪੰਥ ਨੂੰ ਵਿਛੋੜਿਆ ਗਿਆ ਹੈ ਗੁਰੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਮ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣੀਆਂ ਦੇ ਨਾਮ ਸਤਿਗੁਰੂ ਨਿਤਾਣੀਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੇ ਉਹ ਸਤਿਗੁਰੂ ਜੀ ਪਿਤਾ ਵਾਹਿਗੁਰੂ ਧੰਨ ਧੰਨ ਆਪ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਹਜ਼ੂਰੀ ਦੇ ਵਿੱਚ ਆਪ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਦਿੱਤੀ ਹੈ ਪਿਛਲੇ ਪੈਰ ਦਿਵਾਨ ਸਜੇ ਹਨ ਦਿਵਾਨ ਦੇ ਅੰਦਰ ਸੋਦਰ ਰਹਿਰਾਜ ਸਾਹਿਬ ਦੇ ਪਾਠ ਹੋਏ ਨੇ ਸਾਹਿਬ ਸ੍ਰੀ ਅਖੰਡ ਪਾਠ ਦੇ ਪਰਿਵਾਰ ਚੱਲ ਰਹੇ ਨੇ ਪਾਠ ਕਰਦਿਆਂ ਹੋਈਆਂ ਬਾਣੀ ਪੜ੍ਹਦਿਆਂ ਹੋਈਆਂ ਅਤੇ ਬੱਚਿਆਂ ਪਾਸੋਂ ਅਨੇਕ ਪ੍ਰਕਾਰ ਦੀ ਗਲਤੀ ਲੱਗੀ ਹੋਈਆਂ ਜਾਣ ਬੱਚੇ ਜਾਣ ਖੇਮਾ ਕਰਨਾ ਆਗੇ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਸਿਮਰਤਾ ਬਖਸ਼ਣਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦਾ ਲੱਖ ਲਕਸ਼ ਪ੍ਰਾਣਾ ਆਪ ਦਾ ਉਪਾਸਨਾ ਲੈ ਕੇ ਸਰਬੱਤ ਸੰਗਤ ਦਾ ਤਿਲਪੁਰ ਬੇਟਾ ਅਤੇ ਹਾਜ਼ਰੀ ਦਰ ਵਿਖੇ ਪ੍ਰਵਾਨ ਕਰਨਾ ਸਰਬੱਤ ਸੰਗਤ ਨੂੰ ਨਾਮ ਦਾਨ ਬਖਸ਼ਣਾ ਸਰਬੱਤ ਸੰਗਤ ਨੂੰ ਮਰਿਆਦਾ ਦੇ ਵਿੱਚ ਪ੍ਰਤੱਖ ਰੱਖਣਾ ਸਰਬੱਤ ਸੰਗਤ ਦਾ ਮੁਸ਼ਕਿਲਾਂ ਸਹਿਣ ਕਰਨਾ ਸ੍ਰੀ ਮਿਹਰਬਾਨ ਪਾਤਸ਼ਾਹ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਦਾ ਹੈ ਸੇਵਕ ਜਗਮਨ ਹੈ ਪ੍ਰਤੱਖ ਗੁਰੂ ਨਿਸ਼ਤਾਰੇ ਐਸੀ ਦੀਨ ਦਿਆਲ ਸਤਿਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਸੱਚੇ ਮਿਹਰਬਾਨ ਪਾਤਸ਼ਾਹ ਜੀਓ 550 ਸਾਲਾਂ ਗੁਰਪੁਰਬ ਨੂੰ ਮਨਾ ਕੇ ਬੇਅੰਤ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਸਾਹਿਬ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਏ ਨੇ ਸਲਾਮੀਆਂ ਕਰਕੇ ਅਖੰਡ ਪਾਠ ਪ੍ਰਾਰੰਭ ਕਰਦੇ ਨੇ ਤੇ ਸ਼ੁਭ ਕਾਮਨਾਵਾਂ ਮਨੋਕਾਮਨਾ ਪੂਰੀਆਂ ਕਰਨੀਆਂ
ਭਾਟੀ ਸਿੰਘਾਂ ਵੱਲੋਂ ਅਰਦਾਸ ਬੇਨਤੀ ਹੈ। ਪਿਛਲੇ ਪਾਠ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਗਲਤੀ ਲੱਗੀ ਹੋਈ ਹੈ, ਜਾਣ ਬੱਚੇ ਜਾਣ ਕੇ ਮਾਫ ਕਰਨਾ, ਅੱਗੇ ਵਾਸਤੇ ਸ਼ੁੱਧ ਬਣਾਉਣੀ ਪੜਨ ਦਾ ਸਰਲਤਾ ਬਖਸ਼ਣਾ। ਸੱਚੇ ਮਿਹਰਬਾਨ ਪਾਤਸ਼ਾਹ ਜੀਓ, ਬੇਅੰਤ ਸੰਗਤਾਂ ਆਪ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਅਰਦਾਸ ਬੇਨਤੀ ਕਰਦੇ ਨੇ। ਜਿਹਨਾਂ ਪਰਿਵਾਰਾਂ ਦੇ ਵਿੱਚ ਉਹ ਤਕਲੀਫ ਬਿਮਾਰੀਆਂ ਸੁੱਖ ਸ਼ਾਂਤੀ ਬਖਸ਼ਣਾ, ਦੀਆ ਆਰੋਗਤਾ ਬਖਸ਼ਣਾ। ਬੇਅੰਤ ਸੰਗਤਾਂ ਦਿੱਲੀ ਤੋਂ ਲੈ ਕੇ ਆਪ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਨੇ, ਅਰਦਾਸ ਬੇਨਤੀ ਕਰਦੇ ਨੇ। ਇਹਨਾਂ ਦੀ ਯਾਤਰਾ ਸਫਲ ਕਰੋ, ਸਿਰ ਦੇ ਉੱਤੇ ਮਿਹਰ ਹੱਥ ਰੱਖੋ। ਮਿਹਰਬਾਨ ਪਾਤਸ਼ਾਹ ਜੀਓ, ਉਹ ਉਪਰੰਤ ਰੱਬ ਪ੍ਰਸ਼ਾਦ ਨਾਂ ਦੀ ਹਾਜ਼ਰ ਹੈ, ਜਿਸ ਪ੍ਰਾਣੀਆਂ ਕਰਕੇ ਰੱਬ ਪ੍ਰਸ਼ਾਦ ਹਾਜ਼ਰ ਹੋਏ ਨੇ, ਇਹਨਾਂ ਦੇ ਸੁਖ ਪ੍ਰਾਣੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਰੱਬ ਪ੍ਰਸ਼ਾਦ ਅੰਮ੍ਰਿਤ ਹੈ, ਅਜੋ ਤੇਰਾ ਸਰੀਰ ਲਾਇਕ ਹੋਵੇ, ਸਿਰ ਪ੍ਰਸਾਦ ਸਬਕ ਸੰਗਤ ਕੋ ਮਿਲੇ, ਜੋ ਜੀ ਆਵੇ ਸੁਰਾਸੀ ਜਾਵੇ, ਕਲਾ ਵਾਹਿਗੁਰੂ ਜੀ ਕੇ ਵਰਤਿਆ ਤੇ ਭੋਗ ਲਾਗੇ, ਭੋਗ ਲਗਿਆ ਪ੍ਰਸ਼ਾਦ ਸਰਬੰਤ ਸਾਧ ਸੰਗਤ ਦੇ ਵਿੱਚ ਵਰਤਾਉਣ ਦਾ ਆ ਗਿਆ ਬਖਸ਼ਣਾ। ਉਪਰੰਤ ਚਲਦਿਆਂ ਪਰਿਵਾਰ ਦੇ ਵਿੱਚ ਗੁਰਨਾਮੇ ਬਖਸ਼ੋ, ਸਿੱਖ ਸੇਵਕ ਮਾਈ ਭਾਈ ਪੜ੍ਹਦੇ ਸੁਣਦੇ ਸਰਬੰਤ ਲਾਭ ਪਾਉਂਦੇ, ਸੇ ਪਿਆਰੇ ਗੁਰ ਮਿਲੋ, ਜਨਾ ਮਿਲੇ ਆਪਣਾ ਚਿਤਾ ਵਿੱਚ ਸੁਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਇਆ ਗਿਆ।